ਇਹਨਾਂ ਦਾ ਬਾਪੂ ਤੇਰਾ ਧੰਨਵਾਦ, 50-60 ਸਾਲਾਂ ਬਾਅਦ ਤੁਸੀਂ ਮੈਨਾਂ ਦਾ ਮਿਲਣਾ। ਕਿੰਨੇ ਸਾਲਾਂ ਬਾਅਦ? ਮੈਂ ਕੋਈ 40-42 ਸਾਲ, 40-42 ਸਾਲਾਂ ਬਾਅਦ। ਇਹ ਕੌਣ ਹੈ, ਕੌਣ ਹੈ? ਭਾਂਡਾ ਮੇਰਾ ਵੱਡਾ। ਧਿਆਨ ਨਾਲ ਦੇਖ, ਕੌਣ? ਜਿੰਦਾ ਮੈਂ, ਤੇਰਾ ਭਰਾ। ਬਾਬੇ ਭਰਾ ਨੂੰ ਵੀ ਨਹੀਂ ਪਛਾਣ ਸਕਿਆ? ਮੈਂ ਤੇ ਪਛਾਣ ਲਿਆ ਉਸ ਵੇਲੇ ਜਦੋਂ ਦੇਖਿਆ। 42 ਸਾਲ ਬਾਅਦ ਮਿਲ। ਇਹ ਬਾਹਰ ਬੈਠਾ ਰੋਈ ਜਾਂਦਾ, ਕਹਿੰਦਾ ਮੈਂ ਆਪਦੇ ਭਰਾ ਨੂੰ ਮਿਲ। ਬਾਪੂ ਮਹਾਰਾਜ ਨੇ ਕਰਤੀ ਨੇ ਕਿਰਪਾ। ਮੈਂ ਤਾਂ ਤੈਨੂੰ ਕਿਹਾ ਹੀ ਨਾ ਵੀ ਮੇਰੀ ਆਤਮਾ ਅਟਕਦੀ ਆ, ਮੈਂ ਜਾਣਾ ਪ੍ਰੋਗਰਾਮ ਮਾਰ ਕੇ। ਕੋਈ ਤਾਂ ਜਗਿਆ ਆਪ ਜੀ ਨੇ ਮਹਾਰਾਜ ਬੜਾ ਅੱਛਾ ਜੀ, ਦੇਖ ਕੇ ਖੁਸ਼ੀ ਹੋਈ ਮੈਨੂੰ, ਬੜੀ ਬੜੀ ਖੁਸ਼ੀ ਹੋਈ ਮੈਨੂੰ ਜੀ। ਨਹੀਂ ਨਹੀਂ, ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। 3 ਵਾਰੀ ਤਾਂ ਆਹੀ ਲਫ਼ਜ਼ ਮੈਂ ਇਹਨੂੰ ਬੋਲਿਆ ਵੀ ਤੈਨੂੰ ਮੋੜ ਤਾਂ ਰੱਬ ਨੇ ਇੰਨਾ ਬਿਮਾਰ, ਪਰ ਤੁਸੀਂ ਤੁਹਾਨੂੰ ਮਿਲਣਾ ਸੀ ਇਹਨਾਂ ਨੇ, ਤੇ ਤਾਂ ਹੀ ਰੱਬ ਨੇ ਇਹਨੂੰ ਮੋੜਿਆ। 4-5 ਦਿਨ ਆ ਗਏ। ਕੋਕਾ ਵੀ ਕਹਿੰਦੇ ਨੇ ਇਹਨੂੰ, ਕੋਕਾ ਕੋਕਾ ਕੋਖਾ ਕੋਖਾ ਚਟਾਕੀ ਹੋਰ ਪੱਪੂ ਚੌਧਰੀ 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 ਵੀ ਹੈਗਾ। ਭਰਾ ਭਰਾ ਨੂੰ 42 ਸਾਲਾਂ ਬਾਅਦ ਮਿਲਿਆ, 42 ਸਾਲ। ਬਾਪੂ ਸਤਿ ਸ੍ਰੀ ਅਕਾਲ। ਕਹਿੰਦਾ ਬਾਪੂ ਤੇਰਾ ਧੰਨਵਾਦ, 50-60 ਸਾਲਾਂ ਬਾਅਦ ਤੁਸੀਂ ਮੈਨਾਂ ਦਾ ਮਿਲਣਾ। ਕਿੰਨੇ ਸਾਲਾਂ ਬਾਅਦ? ਮੈਂ ਕੋਈ 40-42 ਸਾਲ, 40-42 ਸਾਲਾਂ ਬਾਅਦ। ਤਰਸਿਆ ਪਿਆ ਉਹ, ਤਰਸਿਆ ਪਿਆ ਆਪਦਿਆਂ ਨੂੰ, ਪਤਾ ਨਹੀਂ ਜ਼ਿੰਦਗੀ ਦੇ। ਆਪ ਜੀ ਦਾ ਸ਼ੁਕਰੀਆ ਜੀ, ਬੜਾ ਬੜਾ ਸ਼ੁਕਰੀਆ। ਨਹੀਂ ਨਹੀਂ, ਸਾਡਾ ਕੋਈ ਸ਼ੁਕਰੀਆ ਨਹੀਂ, ਸ਼ੁਕਰੀਆ ਦਾ ਉਹਦਾ ਉਹਦਾ ਦਾਤਾ ਆਪ ਜੀ ਨੂੰ ਹੋਰ ਉਮਰ ਬਖਸ਼ੇ, ਸਾਡੇ ਵੀ ਉਮਰ ਬਖਸ਼ੇ। ਜਦੋਂ ਆਇਆ ਸੀ ਨਾ ਬਾਪੂ ਸਾਡੇ ਕੋਲੇ, ਬਾਪੂ ਛੱਤੀਸਗੜ੍ਹ ਤੋਂ, ਬਾਲੇ ਬੁਰੇ ਹਾਲ ਸੀ, ਬਾਲੇ ਬੁਰੇ ਹਾਲ, ਬੜਾ ਸ਼ਬਦ ਕੋਈ ਨਹੀਂ ਹੈ। ਤੇ ਅੱਜ ਤੁਸੀਂ ਮਿਲਣ ਆਏ ਹੋ ਨਾ, ਤੇ ਸਾਡੇ ਲਈ ਬਹੁਤ ਖੁਸ਼ੀ ਆ ਸਾਨੂੰ, ਕਿਉਂਕਿ ਉਹ ਬਾਪੂ ਬਹੁਤ ਵਧੀਆ ਬੰਦਾ, ਦਿਲ ਦਾ ਰਾਜਾ ਬੰਦਾ। ਮਾਂ ਪਿਓ ਛੋਟੀ ਉਮਰ 'ਚ ਮਰ ਗਏ, ਕਹਿੰਦੇ ਪਿਓ ਮਰ ਗਿਆ, ਮੇਰੀ ਉਮਰ ਉਸ ਵੇਲੇ ਕੋਈ ਬੜੀ ਮੁਸ਼ਕਿਲ ਨਾਲ 4.5 ਸਾਲ। ਮੈਂ ਠੀਕ ਹਾਂ, ਜੁੱਤੇ ਪਾ ਲਓ ਚੱਲੀ ਆ, ਠੀਕ ਹਾਂ ਜੀ। ਹਾਂ ਅੱਛਾ, ਤੇ ਤੁਸੀਂ 4-5 ਸਾਲ ਬਾਅਦ? ਮਾਂ ਦਾ ਇੰਤਕਾਲ ਹੋ ਗਿਆ, 11 ਸਾਲ ਦੀ ਉਮਰ 'ਚ, ਮਗਰ ਇਹ ਪਹਿਲਾਂ ਘਰੋਂ ਨਿਕਲ ਗਏ ਸੀ ਸਾਰੇ ਹੀ, ਮੇਰੇ 3 ਭਰਾ ਵੱਡੇ ਜਿਹੜੇ। ਬਸ ਸਮਝ ਲਓ ਕਿ ਇਸ ਤਰ੍ਹਾਂ ਜ਼ਿੰਦਗੀ, ਜਿਹੜਾ ਸੰਭਾਲ ਗਿਆ ਮੈਂ ਸੰਭਾਲ ਗਿਆ, ਸੰਭਾਲ ਗਿਆ, ਜਿਹੜੇ ਨਹੀਂ ਜੋ ਮਰ ਗਏ ਖਤਮ ਹੋ ਗਏ, ਇਹਦਾ ਵੀ ਮੈਨੂੰ ਪਤਾ ਸੀ ਮਰ ਗਿਆ, ਸਹੀ ਜਿਹੜੀ ਗੱਲ ਅਤਲੀ। ਤੁਸੀਂ ਐਂ ਸਮਝਦੇ ਮਰ ਗਿਆ ਕਿ ਉਹ ਅੱਗੇ ਉਹਦੀ? ਤੁਹਾਡੇ ਕਿੰਨੇ ਬੱਚੇ ਆ? ਮੇਰੇ 3 ਬੱਚੇ, 3 ਚਾਚੇ ਚੁੱਤਨ ਸਰ। ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਆ ਗਿਆ ਆ ਗਿਆ। ਇਹ ਕੌਣ ਹੈ, ਕੌਣ ਹੈ? ਓ ਜੱਫੀ ਪਾ ਬਾਪੂ, ਭਾਂਡਾ ਮੇਰਾ ਵੱਡਾ। ਬਿਰਲਾ ਹੋਟਲ ਵਾਲਾ, ਮਾਨਸਰ ਝੀਲ ਗਏ ਸੀ ਨਾ, ਕੀ ਲੱਗਦਾ ਤੁਹਾਡਾ ਇਹ? ਮੇਰਾ ਭਾਂਡਾ ਵੱਡਾ ਹੈ। ਤੁਸੀਂ ਕੀ ਲੱਗਦੇ ਜੀ ਇਹਦੇ? ਦੱਸੋ ਭਰਾ ਵੱਡਾ ਮੇਰਾ। ਧਿਆਨ ਨਾਲ ਦੇਖ, ਕੌਣ? ਜਿੰਦਾ ਮੈਂ, ਤੇਰਾ ਭਰਾ।
ਤੇ ਜੰਮੂ ਆਇਆ ਜਾਨ ਨਗਰੋਟੇ ਨਗਰੋਟੇ ਨੇ ਜੰਮੂ ਹੀ ਆ ਬਾਬੇ ਭਰਾ ਨੂੰ ਵੀ ਨਹੀਂ ਪਛਾਣ ਸਕਿਆ ਮੈਂ ਤੇ ਪਛਾਣ ਲਿਆ ਉਸ ਵੇਲੇ ਜਦੋਂ ਦੇਖਿਆ ਨੇ ਤੇ ਬਾਹਰ ਫਿਰ ਮੈਂ ਦੇਖ ਲਿਆ ਬਿਆਲੀ ਸਾਲ ਵੱਡੀ ਰੱਖੀ ਹੈ ਇਹਨੇ ਬਿਆਲੀ ਸਾਲ ਬਾਅਦ ਮਿਲੇ ਇਹ ਬਾਹਰ ਬੈਠਾ ਰੋਈ ਜਾਂਦਾ ਕਹਿੰਦਾ ਮੈਂ ਆਪਦੇ ਭਰਾ ਨੂੰ ਮਿਲਣਾ ਮੇਰੇ ਤਾਂ ਗਏ ਨਾ ਹੁਣ ਅਸੀਂ ਦੋ ਹੀ ਬੱਚੇ ਨੇ ਹੋਰ ਕੋਈ ਨੀ ਕਿੰਨੇ ਸੀਗੇ ਲੈ ਕੇ ਹੋਇਆ ਕੋਈ ਪੂਰਾ ਆਪਣੇ ਟਾਈਮ ਆਇਆ ਕੁਰਸੀਆਂ ਲਿਆ ਕੇ ਦਿਓ ਕਿੰਨੇ ਭਰਾ ਸੀ ਤੁਸੀਂ ਪੰਜ ਭਰਾ ਦੋ ਭੈਣਾਂ ਆ ਗਈ ਵੱਡੀ ਭੈਣ ਨੂੰ ਫੋਨ ਕੀਤਾ ਕਦੇ ਮਿਲ ਕੇ ਇਹਨਾਂ ਨੇ ਕਿੱਥੇ ਮਿਲਾਇਆ ਇਹਨਾਂ ਨੇ ਚਲੋ ਜੀ ਅਤੇ ਹੁਣ ਭੈਣਾਂ ਹੈਗੀਆਂ ਭੈਣਾਂ ਦੋਨੋਂ ਹੈਗੀ ਭਰਾ ਭਰਾ ਬਸ ਉੱਥੇ ਵੀ ਹੋਰ ਕੋਈ ਨਹੀਂ ਬਾਪੂ ਮਹਾਰਾਜ ਨੇ ਕਰਤੀ ਨੇ ਕਿਰਪਾ ਮੈਂ ਤਾਂ ਤੈਨੂੰ ਕਿਹਾ ਸੀ ਨਾ ਵੀ ਮੇਰੀ ਆਤਮਾ ਫਟਕਦੀ ਆ ਮੈਂ ਜਾਣਾ ਕਿਹਾ ਸੀ ਇਹ ਮੈਨੂੰ ਕਈ ਦਿਨਾਂ ਦਾ ਕਹਿ ਰਿਹਾ ਬਹਿ ਜਾ ਬਾਪੂ ਬਹਿ ਜਾ ਜੋਗਰਾਜ ਬਾਬੇ ਮੇਰਾ ਵੀ ਐਕਸੀਡੈਂਟ ਹੋਇਆ ਇਹ ਕਿਸ ਤਰ੍ਹਾਂ ਡੀ ਦੋ ਸਾਲ ਹੋ ਗਏ ਇਹ ਹੁਣ ਮੈਂ ਛੋਟੀ ਛੋਟੀ ਹੈ ਮੈਂ ਹੁਣ ਚੱਲਦਾ ਪਿਆ ਫਿਰ ਥੋੜ੍ਹਾ ਬਹੁਤ ਤੇਰੇ ਫੋਨ ਆ ਗਿਆ ਮਾਂ ਯਾਰ ਗੱਲ ਕਰੀਏ ਫੋਨ ਕਰੀਏ ਇੰਝ ਫੋਟੋ ਪਾਓ ਉਹ ਵੀ ਪਾ ਤੇ ਫਿਰ ਮੈਂ ਇਸ ਤਰ੍ਹਾਂ ਹੀ ਦਿੱਤਾ ਇਹਨਾਂ ਨੇ ਐਡਰੈਸ ਮੈਂ ਚਲੋ ਚਲੀਏ ਦੇਖਿਆ ਜਾਏਗਾ ਮਿਲਣਾ ਤਾਂ ਹੈ ਅੱਗੇ ਦੇਖਦੇ ਹਾਂ ਕਿ ਆਪ ਜੀ ਨੇ ਮਹਾਰਾਜ ਬੜਾ ਅੱਛਾ ਜੀ ਦੇਖ ਕੇ ਖੁਸ਼ੀ ਹੋਈ ਮੈਨੂੰ ਬੜੀ ਬੜੀ ਖੁਸ਼ੀ ਹੋਈ ਮੈਨੂੰ ਜੀ ਨਹੀਂ ਨਹੀਂ ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਕਿਉਂਕਿ ਹੁਣ ਨਾ ਦੋ ਤਿੰਨ ਵਾਰੀ ਤਾਂ ਮਰਨੋਂ ਹੀ ਬਚਿਆ ਦੋ ਤਿੰਨ ਵਾਰੀ ਤਾਂ ਇਹ ਨਾ ਜਮ੍ਹਾਂ ਹੀ ਢਿੱਲਾ ਹੋ ਗਿਆ ਸੀ ਜਮ੍ਹਾਂ ਹੀ ਐਕਤੀ ਤਾਂ ਮੈਂ ਜਦੋਂ ਉਹਨੂੰ ਮਿਲਿਆ ਮੈਂ ਕਿਹਾ ਫਿਰ ਮੋੜਤਾ ਤੈਨੂੰ ਰੱਬ ਨੇ ਯਾਨੀ ਕਿ ਦੋ ਵਾਰੀ ਦੋ ਨਹੀਂ ਤਿੰਨ ਵਾਰੀ ਤਿੰਨ ਵਾਰੀ ਤਾਂ ਆਹੀ ਲਫ਼ਜ਼ ਮੈਂ ਇਹਨੂੰ ਬੋਲਿਆ ਵੀ ਤੈਨੂੰ ਮੋੜਤਾ ਰੱਬ ਨੇ ਇੰਨਾ ਬਿਮਾਰ ਸੀ ਪਰ ਤੁਸੀਂ ਤੁਹਾਨੂੰ ਮਿਲਣਾ ਸੀ ਇਹਨਾਂ ਨੇ ਬਿਲਕੁਲ ਅਤੇ ਤਾਂ ਹੀ ਰੱਬ ਨੇ ਇਹਨੂੰ ਮੋੜਿਆ ਜੀ ਬਿਲਕੁਲ ਅਤੇ ਤੁਹਾਡੇ ਵੀ ਤੁਸੀਂ ਦੱਸਦੇ ਹੋ ਐਕਸੀਡੈਂਟ ਹੋ ਗਿਆ ਕਿੱਡਾ ਵੱਡਾ ਤੁਹਾਨੂੰ ਵੀ ਰੱਬ ਨੇ ਭਰਾਵਾਂ ਨੂੰ ਮਿਲਾਉਣਾ ਸੀਗਾ ਆਪਸ ਵਿੱਚ ਅਤੇ ਅਸੀਂ ਤਾਂ ਇੱਕ ਇਹਦਾ ਛੋਟਾ ਜਿਹਾ ਹਿੱਸਾ ਵਾਂ ਜੀ ਅਸੀਂ ਇਹ 'ਚ ਕੁਛ ਨਹੀਂ ਕੀਤਾ ਮਹਾਰਾਜ ਕਰਾਉਂਦੇ ਨੇ ਜਿੱਦਣ ਇਹ ਆਇਆ ਸੀ ਬਾਪੂ ਸਾਡੇ ਕੋਲ ਨਾ ਅਸੀਂ ਲੈਣ ਗਏ ਸੀ ਮਹਾਰਾਜ ਨੇ ਇਹਨੂੰ ਭੇਜਿਆ ਇੱਥੇ ਐਂ ਬਾਕਰ ਲੈ ਕੇ ਆਇਆ ਇਹ ਸਾਡੇ ਕੋਲ ਕਹਿੰਦਾ ਮੈਂ ਛੱਤੀਸਗੜ੍ਹ ਤੋਂ ਆਇਆ ਆ ਕੇ ਕਹਿੰਦਾ ਅਸੀਂ ਇਹਨੂੰ ਛੱਤੀਸਗੜ੍ਹ ਵਾਲਾ ਬਾਪੂ ਕਹਿਣ ਲੱਗ ਗਏ ਅਤੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਨੰਬਰ ਦਾ ਡਰਾਈਵਰ ਹੋਰ ਇੱਕ ਨੰਬਰ ਦਾ ਮਕੈਨਿਕ ਆਏ ਬੰਦਾ ਕਿਉਂ ਇਸ ਹਿਸਾਬ ਦੇ ਰਾਤ ਹੀ ਜਾਣੇ ਪਰ ਜਿਹੜਾ ਤੁਹਾਡਾ ਇੰਨੇ ਸਾਲਾਂ ਦਾ ਵਿਛੋੜਾ ਰਿਹਾ ਭਰਾਵਾਂ ਦਾ ਉਹ ਬਹੁਤ ਬਹੁਤ ਦੁੱਖਦਾਈ ਆ ਦੇਖੋ ਇਕੱਲਾ ਇਕੱਲੇ ਹੋ ਗਏ ਅਲੱਗ ਅਲੱਗ ਮਰ ਗਏ ਪਤਾ ਹੀ ਨਹੀਂ ਲੱਗਿਆ ਇੱਕ ਦੂਜੇ ਦਾ ਕਿੱਥੇ ਕੀ ਆ ਜੀ ਮੈਂ ਕਹਿਣਾ ਕਿ ਸਾਡੀ ਸ਼ੁਰੂ ਤੋਂ ਸਾਡੀ ਮਤਲਬ ਕਿ ਕੁਛ ਐਸੀ ਹੋ ਕੁਛ ਹੋ ਗਈ ਮਾਂ ਪਿਓ ਛੋਟੀ ਉਮਰ 'ਚ ਭੈਣ ਕੇ ਛੱਡ ਕੇ ਚਲੇ ਗਏ 10 ਰੁਪਏ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ ਮੈਂ 10 ਰੁਪਏ ਤਨਖਾਹ 'ਤੇ ਉਸ ਵੇਲੇ ਉਹ 10 ਰੁਪਏ ਜਿਹੜੇ ਨਾ ਸਾਡੇ ਛੋਟਾ ਭਰਾ ਨਾਲ ਛੋਟੀ ਭੈਣ ਸਾਡੇ ਤਿੰਨਾਂ ਦੇ ਕੱਪੜੇ ਬਣਦੇ ਸੀ ਉਹ ਟਾਈਮ 'ਤੇ ਅੱਗੇ ਤੁਹਾਬ ਲਗਾ ਲਓ ਤੁਸੀਂ ਅਸੀਂ ਕੀ ਹੋ ਜਦੋਂ ਮਾਂ ਪਿਓ ਦੀ ਮੌਤ ਹੋਈ ਉਦੋਂ ਕਿੱਡੇ ਕਿੱਡੇ ਸੀ ਤੁਸੀਂ ਮੈਂ ਤੁਹਾਨੂੰ ਸੁਣਾ ਤਾਂ ਰਿਹਾ ਮੈਂ 11 ਸਾਲ ਦਾ ਅਤੇ ਜਦੋਂ ਮੇਰੀ ਮਾਂ ਮਰ ਗਈ ਪਿਓ ਮਰ ਗਿਆ ਤਾਂ 5-5.5 ਸਾਲ ਦੀ ਬੜੀ ਉਮਰ ਸੀ ਪਰ ਪਿਓ ਮਰਿਆ ਤਾਂ ਨਿਕਲ ਗਿਆ ਸਾਰੇ ਮਾਂ ਮਰੇ ਤਾਂ ਕੋਈ ਵੀ ਨਹੀਂ ਤੁਹਾਡਾ ਬਾਪੂ ਢਾਬਾ ਚਲਾਉਂਦਾ ਸੀ ਹਾਂਜੀ ਬੜਾ ਅੱਛਾ ਕੰਮ ਸੀ ਤੁਹਾਡਾ ਬੜਾ ਅੱਛਾ ਢਾਬਾ ਕਦੋਂ ਛੱਡਤਾ ਬਾਬੇ ਉਹ ਢਾਬਾ ਜਦੋਂ ਸਾਡਾ ਪਿਓ ਮਰ ਗਿਆ ਨਾ ਇਹਦਾ ਛੋਟੇ ਛੋਟੇ ਸੀਗੇ
ਤਾਂ ਉਹ ਵੱਡਾ ਵੱਡੇ ਦੋਨੋਂ ਕਰ ਸਕਦੇ ਸੀ ਲੇਕਿਨ ਉਹ ਹੀ ਖਰਾਬ ਵੱਡੇ ਦੋ ਸੀ ਹਾਂ ਹਾਂ ਜੀ ਪੰਜ ਭਰਾ ਹੈ ਨਾ ਪੰਜ ਅਸੀਂ ਚਾਚੇ ਦੇ ਮੁੰਡੇ ਹਾਂ ਪੰਜ ਅਸੀਂ ਹਾਂ ਸਾਡੇ ਜਿਹੜੇ ਦੋ ਤਾਏ ਆ ਉਹਨਾਂ ਦਾ ਕੋਈ ਮੁੰਡਾ ਨਹੀਂ ਕੋਈ ਮੁੰਡਾ ਨਹੀਂ ਹੈ ਉਹਨਾਂ ਨੂੰ ਕਾਠੀ ਨੂੰ ਜੋੜਨ ਵਾਲੇ ਸਾਡੇ ਭਰਾ ਹੀ ਜੁੜੇ ਹੋਰ ਕੋਈ ਨਹੀਂ ਜੁੜਿਆ ਉਹਨਾਂ ਸਾਨੂੰ ਉਹ ਰੱਖ ਕੇ ਰਾਜੇ ਨੇ ਅਸੀਂ ਪਤਾ ਨਹੀਂ ਕਿਸ ਤਰ੍ਹਾਂ ਸਾਡੇ ਨਾਨੇ ਨੇ ਸਾਨੂੰ ਤਿੰਨਾਂ ਨੂੰ ਪਾਲਿਆ ਨਾਨੇ ਨੇ ਸਾਨੂੰ ਠੀਕ ਸੀ ਉਹਨਾਂ ਨੇ ਨਾ ਤਿੰਨਾਂ ਨੂੰ ਪਾਲ ਲਿਆ ਮੈਂ ਕਿਹਾ ਪੰਜਾਬ ਤੋਂ ਮੈਂ ਕਿਹਾ ਤੁਹਾਡਾ ਬੱਚਾ ਨਿਕਲ ਆਇਆ ਸੀਗਾ ਕਿਉਂਕਿ ਮੈਨੂੰ ਚੋਰ ਬਣਾਉਂਦਾ ਸੀ ਕੁੱਟਦੇ ਮਾਰ ਕੁੱਟ ਖਾਣ ਦੇ ਘਰ 'ਚ ਮੈਂ ਹੀ ਤਕੜਾ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਵੀ ਦੇਖਿਆ ਯਾਨੀ ਉਹ ਕਿਹੜਾ ਦਿਨ ਹੋਵੇ ਜਿਹੜੇ ਦਿਨ ਮੇਰਾ ਪਿਓ ਮੈਨੂੰ ਨਾ ਕੁੱਟੇ ਮੈਂ 60 ਰੁਪਈਏ ਮਹੀਨੇ 'ਤੇ ਕੱਪ ਪਲੇਟਾਂ ਬਹੁਤ ਰਾਜ ਦੀ ਦੁਕਾਨ 'ਤੇ ਕੰਮ ਕਰਦਾ ਹੁੰਦਾ ਸੀ ਹਲਵਾਈਆਂ 60 ਰੁਪਈਏ ਮੈਂ ਰੋਟੀ ਬਗੈਰ 10 ਰੁਪਏ 'ਚ ਕੰਮ ਸ਼ੁਰੂ ਕੀਤਾ ਰੋਟੀ ਘਰ ਖਾਣੀ 10 ਰੁਪਏ 'ਚ ਕੰਮ ਕੀ ਉਮਰ ਸੀ 8.5 ਸਾਲ ਉਸ ਵੇਲੇ 8 ਸਾਲ ਬੜੀ ਮਤਲਬ ਕਿ ਬੜਾ ਬੜੀ ਇੱਕ ਉਹ ਟਾਈਮ ਜਿਹੜਾ ਨਾ ਹੁਣ ਦੇਖਦੇ ਆ ਸੀ ਉਹ ਵੀ ਨਿਕਲ ਗਿਆ ਹੋਰ ਵੀ ਆਇਆ ਉਹ ਵੀ ਨੇ ਹੁਣ ਇਹ ਆਇਆ ਹੁਣ ਇਹ ਆ ਕਿ ਬੱਚੇ ਆਪਣੀ ਜਗ੍ਹਾ ਠੀਕ ਨੇ ਇੱਕ ਆਟੋ ਚਲਾਉਂਦਾ ਵੱਡਾ ਮੁੰਡਾ ਛੋਟਾ ਮੁੰਡਾ ਏਸੀ ਫਰਿੱਜ ਦਾ ਕੰਮ ਕਰਦਾ ਬੜਾ ਅੱਛਾ ਘਰ ਚੱਲ ਰਿਹਾ ਇਕੱਠੇ ਸਾਰਿਆਂ 'ਚ ਬੱਪੂ ਤੁਹਾਡਾ ਵੀ ਵਿਆਹ ਹੋਇਆ ਜੀ ਤੁਹਾਡੇ ਬੱਚੇ ਹੈਗੇ ਕੋਈ ਮੇਰਾ ਵਿਆਹ ਕਿੱਥੇ ਹੋਇਆ ਯਾਰ ਮੈਨੂੰ ਛੋਟੇ ਭਰਾ ਲੈ ਗਿਆ ਜੀ ਉਹਨੇ ਵਿਆਹ ਕਿੱਥੇ ਦਾ ਜੀ ਨਹੀਂ ਉਹ ਮੇਰਾ ਗੱਠ ਜੋੜ ਕੇ ਨੇ ਕਰਾਏ ਉਹ ਰੋਲ ਨੂੰ ਫਰਦ ਹੋ ਗਏ ਕੰਮ ਛੱਡ ਲਈ ਆ ਬਾਪੂ ਪ੍ਰੋਗਰਾਮ ਆ ਰਿਹਾ ਕੋਈ ਤਾਂ ਦਿਖ ਗਿਆ ਮਰਨ ਤੋਂ ਪਹਿਲਾਂ ਖੂਨ ਤਾਂ ਦਿਖ ਗਿਆ ਮਹਾਰਾਜ ਨੇ ਕਿਰਪਾ ਕਰਤੀ ਬਾਈ ਦਾ ਕੀ ਨਾਮ ਪਤਾ ਮੈਨੂੰ ਪਤਾ ਕਿਸੇ ਨੇ ਕਿਹਾ ਕਿ ਦਿੱਲੀ ਸਤਿੰਦਰਪਾਲ ਕੀ ਨਾਮ ਤੁਹਾਡਾ ਪੂਰਾ ਦੱਸੋ ਨਾਮ ਕੀ ਹੈ ਤੁਹਾਡਾ ਪੂਰਾ ਦੱਸੋ ਇਹਨਾਂ ਨੂੰ ਮੇਰਾ ਚੰਦਰ ਕੁਮਾਰ ਸਤਿੰਦਰ ਕੁਮਾਰ ਇਹਦਾ ਨਾਂ ਤਾਂ ਮੈਨੂੰ ਪਤਾ ਕਿਸੇ ਮਰਜ਼ੀ ਜੋਗਰਾਜ ਇਹਦੇ 4-5 ਨਾਂ ਹੈਗੇ ਕੋਕਾ ਵੀ ਕਹਿੰਦੇ ਨੇ ਇਹਨੂੰ ਕੋਕਾ ਪੁੱਛੋ ਅੱਜ ਘਰ ਜਾਏਗਾ ਨਾ ਆਪਣੇ ਪੁਰਾਣੀ ਜਗ੍ਹਾ ਦੇ ਇਸੇ ਨਾਂ ਦੇ ਬੁਲਾਉਣਗੇ ਇਹਨੂੰ ਕੋਕਾ ਚਟਾਕੀ ਹੋਰ ਪੱਪੂ ਚੌਧਰੀ ਵੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਭਰਾਵਾਂ ਨੂੰ ਮਿਲਦਿਆਂ ਦੇਖਿਆ ਬਾਪੂ ਦਾ ਇੱਕ ਪੈਰ ਤੁਸੀਂ ਦੇਖੋ 4 ਇੰਚ 5 ਇੰਚ ਚੈੱਕ ਨਹੀਂ 19, 20, 21, 22, 23, 24 ਬਾਪੂ ਸਾਡੇ ਕੋਲ 3 ਵਾਰੀ ਤਾਂ ਬਾਪੂ ਰੂਬਰੂ ਮੌਤ ਨੂੰ ਮਿਲ ਕੇ ਆਇਆ ਆਪਣੀ ਵੈਂਟੀਲੇਟਰ 'ਤੇ ਚਲਿਆ ਗਿਆ ਸੀ ਬਹੁਤ ਜ਼ਿਆਦਾ ਬਿਮਾਰ ਜਿੱਥੋਂ ਆਪਾਂ ਕਹਿੰਦੇ ਮੁੜਦਾ ਨਹੀਂ ਨਕਲੀ ਸਾਹ ਮਸ਼ੀਨ ਨਾ ਦਿੱਤੇ ਜਾਂਦੇ ਜਿਵੇਂ ਕਹਿ ਦਈਏ ਅਤੇ ਬਾਪੂ ਜੋਗਰਾਜ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਦੇ ਉਹਨਾਂ ਸੇਵਾਦਾਰਾਂ ਦੇ ਵਿੱਚੋਂ ਇੱਕ ਆ ਜਿਹੜੇ ਮੁਫਤ ਦੀ ਰੋਟੀ ਨਹੀਂ ਖਾਂਦੇ ਸੇਵਾ ਕਰਕੇ ਪ੍ਰਸ਼ਾਦਾ ਛਕਦੇ ਨੇ ਬਾਪੂ ਸਾਡੇ ਕੋਲ ਪਹਿਲੇ ਸਾਲ ਵਿਹਲਾ ਰਿਹਾ ਬਸ ਉਦੋਂ ਮੁੜ ਕੇ ਇਹਨੇ ਥੋੜ੍ਹਾ ਮੋਟਾ ਕੰਮ ਕੱਟਣਾ ਸਬਜ਼ੀਆਂ ਕਟਾਉਣੀਆਂ ਜਾਂ ਕੁਛ ਹੋਰ ਕਰਨਾ ਸ਼ੁਰੂ ਕਰਤਾ ਹੁਣ ਬਾਪੂ ਕੱਪੜੇ ਪ੍ਰੈਸ ਕਰਦਾ ਹੁਣ ਹਸਪਤਾਲ 'ਚੋਂ ਆਇਆ ਹੋਸਪਿਟਲ ਤੋਂ ਆ ਕੇ ਸਿੱਧਾ ਉੱਥੇ ਆ ਕੇ ਸੀਟ 'ਤੇ ਬਹਿਣਾ ਸ਼ੁਰੂ ਕਰਤਾ ਜਿੱਥੇ ਪੇਟੀ ਲੱਗੀ ਹੋਈ ਹੈ ਮੂਹਰੇ ਉੱਥੇ ਸੀਟ ਆ ਬਾਪੂ ਦੀ ਅਤੇ ਮੂਹਰੇ ਪ੍ਰੈਸ ਪਈ ਆ ਬਸ ਬੈਠਾ ਪ੍ਰੈਸ ਫੇਰੀ ਜਾਂਦਾ ਕੁੜਤੇ ਪਜਾਮਿਆਂ ਨੂੰ ਪ੍ਰੈਸ ਕਰਕੇ ਤਹਿ ਲਾ ਲਾ ਕੇ ਰੱਖੀ ਆ
ਤੇ ਬਾਪੂ ਜੋਗਰਾਜ ਸਿੰਘ ਹੁਣ ਪਿਛਲੇ 4-5 ਮਹੀਨਿਆਂ ਤੋਂ ਘਰੇ ਜਾਣ ਬਾਰੇ ਗੱਲ ਕਰਦਾ ਵੀ ਯਾਰ ਮੈਂ ਆਪਣਿਆਂ ਨੂੰ ਦੇਖਿਆ ਵਾਂ ਯਾਰ, ਕਹਿੰਦਾ ਮੈਂ ਆਪਦੀਆਂ ਖੁੱਡਾਂ 'ਚ ਹੱਥ ਮਾਰਿਆ ਵਾਂ ਯਾਰ, ਮੈਂ ਆਲਣਾ ਦੇਖਿਆ ਵਾਂ, ਮੇਰਾ ਆਲਣਾ ਕਿਹੋ ਜਿਹਾ ਵਾ, ਮਹਾਰਾਜ ਸਾਹਿਬ ਜਾਣ। ਅਤੇ ਉਹ ਜੋਗਰਾਜ ਬਾਪੂ ਨੇ ਇੱਥੇ ਕਿਤੇ ਗੱਲਾਂ ਕੀਤੀਆਂ ਕਿਸੇ ਦੇ ਨਾਲ, ਸਾਡੇ ਕੋਲ ਜੰਮੂ ਤੋਂ, ਕਿੱਥੇ ਬਾਈ ਉਹ ਜੰਮੂ ਤੋਂ ਇੱਥੇ ਮਰੀਜ਼ ਆਉਂਦੇ ਨੇ ਕੈਂਪ ਦੇ ਵਿੱਚ ਦਵਾਈਆਂ ਲੈਣ, ਬਾਪੂ ਨੇ ਕਿਤੇ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਗਾਹਾਂ ਊਧਮਪੁਰ ਗੱਲ ਕੀਤੀ ਅਤੇ ਉਹ ਬਾਪੂ ਦੇ ਭਾਣਜਿਆਂ ਤੱਕ ਗੱਲ ਪਹੁੰਚੀ ਸੀ, ਅਤੇ ਬਾਪੂ ਛੋਟੇ ਭਾਣਜਿਆਂ ਕੋਲ ਬਾਪੂ ਦੀਆਂ ਗੱਲ ਪਹੁੰਚੀ, ਤਾਂ ਉਹ ਭਾਣਜਿਆਂ ਨੇ ਬਾਪੂ ਨੂੰ ਇੱਥੇ ਫੋਨ ਕੀਤਾ, ਉਹ ਜੰਮੂ ਵਾਲੇ ਬਾਈ ਦੇ ਫੋਨ 'ਤੇ, ਜਿਹੜਾ ਬੇਟਾ ਇੱਥੇ ਜਿਹਨੂੰ ਸੰਗਲਾਂ ਨਾਲ ਬੰਨ੍ਹ ਕੇ ਲਿਆਏ ਸੀ ਉਹਦਾ ਇਲਾਜ ਚੱਲਦਾ ਇੱਥੇ ਬਾਈ ਦਾ। ਅਤੇ ਉਹ ਮੇਰੇ ਨਾਲ ਬਾਪੂ ਨੇ ਗੱਲ ਕੀਤੀ, ਕਹਿੰਦਾ ਯਾਰ ਮੇਰਾ ਘਰ ਪਰਿਵਾਰ ਲੱਭ ਗਿਆ, ਕਹਿੰਦਾ ਯਾਰ, ਕਹਿੰਦਾ ਮੈਨੂੰ ਫੋਨ ਆ ਗਿਆ ਮੇਰੇ ਭਾਣਜੇ ਦਾ, ਮੈਂ ਜਾ ਕੇ ਆਉਣਾ। ਹਜੇ ਪਰ 5 ਕੁ ਦਿਨ ਪਹਿਲਾਂ ਆਪਾਂ ਗੱਲ ਕੀਤੀ ਆ, ਮੈਂ ਕੋਈ ਨਾ ਬਾਪੂ ਜਾ ਹੀ, ਮੈਂ ਕੋਈ ਨਾ ਕੋਈ ਲਾ ਲੈਂਦੇ ਆਪਾਂ ਹਿਸਾਬ ਕਿਤਾਬ, ਤੈਨੂੰ ਭੇਜਦੇ ਹਾਂ। ਅਤੇ ਅੱਜ ਬਾਪੂ ਦਾ ਭਰਾ ਸੁਰਿੰਦਰ ਕੁਮਾਰ ਛਿੰਦਾ ਪਹੁੰਚ ਗਿਆ ਸਾਡੇ ਕੋਲ ਇੱਥੇ, ਬਾਪੂ ਜੰਮੂ ਤੋਂ ਆਇਆ, ਆ ਕੇ ਜਿਹੜੀਆਂ ਉਹਨੇ ਆਪਣੇ ਭਰਾ ਨਾਲ ਗੱਲਾਂ ਕੀਤੀਆਂ, ਦੱਸਿਆ ਕਿਆਰੀ ਦੇ ਵਿੱਚੋਂ ਕਿੰਨੇ ਕੁ ਫੁੱਲ ਪੱਟੇ ਗਏ, ਕਿੰਨੇ ਕੁ ਫਲ ਡਿੱਗ ਪਏ, ਕਿੰਨੀਆਂ ਕੁ ਟਹਿਣੀਆਂ ਵੱਢੀਆਂ ਗਈਆਂ, ਕਿਹੜੇ ਦਰਖਤ ਸੁੱਕ ਗਿਆ, ਸਭ ਗੱਲਾਂ ਕੀਤੀਆਂ। ਹੋਰ ਵੀ ਕਰਨਗੇ ਹਜੇ। ਭਰਾ ਭਰਾ ਨੂੰ 42 ਸਾਲਾਂ ਬਾਅਦ ਮਿਲਿਆ, 42 ਸਾਲ ਵੱਖ ਹੋਇਆ ਨੂੰ ਤਾਂ 50 ਤੋਂ ਵੀ ਉੱਪਰ ਹੋ ਗਏ, ਪਰ ਬਾਪੂ ਕਹਿੰਦਾ ਇੱਕ ਵਾਰੀ ਮਿਲੇ ਸੀ ਵਿਚਾਲਿਓ, ਉਸ ਤੋਂ ਬਾਅਦ ਅੱਜ 42 ਸਾਲਾਂ ਬਾਅਦ ਭਰਾ ਨੂੰ ਭਰਾ ਮੈਂ ਇਸ ਸੁਪਨਿਆਂ ਦੇ ਘਰ ਦੀ ਸ਼ਾਦੀ ਜਿਥਲੇ ਹੋਈ ਹੈ, ਮੇਰੇ ਤੀਸਰਾ ਬੱਚਾ ਸੀ ਮੇਰਾ, ਉਸਲੇ ਉਹ ਮੈਂ ਮੁੰਡਾ ਆਪਣਾ ਚੁੱਕਿਆ ਤਾ ਤੇ ਇਹ ਮੈਨੂੰ ਹੱਥ ਰੱਖਦਾ ਇੱਧਰ, ਉਹਨੇ ਇਹਦਾ ਹੱਥ ਪਰੇ ਮਾਰਿਆ ਜਵਾਕ ਨੇ, ਇਹ ਕਹਿੰਦਾ ਵੇ ਇਹ ਮੇਰਾ ਭਰਾ ਗਿਆ, ਮੈਂ ਇੱਥੇ ਕੋਈ ਭਰਾ ਚੜਾ ਇੱਥੇ ਪਾਪਾ ਹੀ ਪਾਪਾ। ਅੱਜ ਉਹ ਮੁੰਡਾ ਉਸਦੇ 2 ਬੱਚੇ ਨੇ, ਲੜਕੀ ਹੈ ਇੱਕ ਲੜਕਾ ਹੈ, ਬੜਾ ਅੱਛਾ ਫਸਟ ਕਲਾਸ ਹੈ ਜੀ, ਬੜਾ ਮਜ਼ਾ ਆ ਰਿਹਾ। ਅੱਗੇ ਉਹਦੇ ਬੱਚੇ ਵੀ ਹੋਏ ਜੇ ਕੋਈ ਹੱਥ ਮੈਨੂੰ ਲਾਏ ਕਿਸ ਤਰ੍ਹਾਂ, ਅੱਜ ਉਹਦੇ ਬੱਚੇ ਵੀ ਮੈਨੂੰ ਨਹੀਂ ਹੱਥ ਲਾਉਂਦਾ ਕੋਈ। ਸਬਰ ਦਾ ਫਲ ਮਿੱਠਾ ਹੁੰਦਾ, ਸਾਡੇ ਲਈ ਵੀ ਇਹ ਬੜੀ ਵੱਡੀ ਗੱਲ ਸੀ ਤੁਹਾਨੂੰ ਮਿਲਾਉਣਾ। ਸਾਨੂੰ ਐਂ ਸੀਗਾ ਵੀ 2 ਭਰਾ 40-42 ਸਾਲਾਂ ਬਾਅਦ ਮਿਲਣੇ ਆ, ਬਾਪੂ ਨੂੰ ਅਸੀਂ ਦੱਸਿਆ ਨਹੀਂ ਸੀ, ਸਰਪ੍ਰਾਈਜ਼ ਦਿੱਤਾ ਬਾਪੂ ਨੂੰ। ਕਿਉਂ ਬਾਪੂ ਜੀ? ਹਾਂਜੀ, ਓਏ ਹੁਣ ਤਾਂ ਬੋਲ ਪਾ ਕੁਛ ਬੁੜਿਆ, ਹੈਂ ਹੁਣ ਐਂ ਜ਼ਿੰਦਗੀ ਦੇ ਉਹ ਸਾਰੇ ਪਲ ਅੱਖਾਂ ਦੇ ਮੂਹਰ ਦੀ ਲੰਘ ਰਹੇ ਆ ਕਿ ਨਹੀਂ, ਉਹ ਗਲਤੀਆਂ, ਉਹ ਚੰਗੀਆਂ, ਉਹ ਮਾੜੀਆਂ ਸਭ ਨਜ਼ਰ ਆਉਂਦੀਆਂ। ਜੇ ਐਂ ਕਰ ਲੈਂਦੇ, ਜੇ ਐਂ ਕਰ ਲੈਂਦੇ, ਜੇ ਉਹ ਕਰ ਲੈਂਦੇ, ਜੇ ਐਂ ਕਰ ਲੈਂਦੇ, ਬੰਦਿਆ ਆਹੀ ਸੋਚਣਾ ਸਾਰੀ ਉਮਰ, ਜੇ ਐਂ ਕਰ ਲੈਂਦੇ, ਜੇ ਉਹ ਕਰ ਲੈਂਦੇ, ਨਹੀਂ ਹੁੰਦਾ ਬਾਈ, ਜੇ ਨਹੀਂ ਕਿਸੇ ਨੇ ਵਿਆਹੀ। ਜਿਵੇਂ ਉਹਨੇ ਲਿਖਤੀਆਂ ਕਲਮਾਂ, ਜਿੰਨੇ ਲਫ਼ਜ਼ ਪਾ ਤੇ, ਜਿੰਨੇ ਮੋੜ ਘੋੜ ਪਾ ਤੇ, ਉਹਨੇ ਲੈਣੇ ਹੀ ਪੈਣੇ ਆ ਮਿੱਤਰੋ। ਇੰਨਾ ਜ਼ਰੂਰ ਆ ਵੀ ਆਪਾਂ ਚੰਗੇ ਨੂੰ ਲੈ ਲਈਏ ਜਾਂ ਮਾੜੇ ਨੂੰ ਲੈ ਲਈਏ, ਬਸ ਇਹ ਸਾਡੇ ਹੱਥ ਦੇ ਵਿੱਚ ਆ।
ਵੀ ਅਸੀਂ ਆਪਣੀ ਜ਼ਿੰਦਗੀ ਦੇ ਰਸਤੇ ਕਿੱਦਾਂ ਕੱਟਣੇ ਆ, ਕਿੱਦਾਂ ਮੋੜ ਕੱਟਣੇ ਆ। ਅਤੇ ਅੱਜ ਬਾਪੂ ਜੋਗਰਾਜ ਦਾ ਭਰਾ ਸੁਰਿੰਦਰ ਸ਼ਿੰਦਾ ਮਿਲਣ ਆਇਆ 40-42 ਸਾਲਾਂ ਬਾਅਦ। ਅਜੇ ਬੜੀਆਂ ਗੱਲਾਂ ਹੋਣਗੀਆਂ ਇਹਨਾਂ ਦੀਆਂ ਦਿਲ ਤੋਂ, ਦੱਸਾਂਗੇ ਅੱਗੋਂ ਵੀ ਤੁਹਾਨੂੰ। ਇਹ ਸਾਂਝ ਆ ਜਿਹੜੀ, ਇਹਦਾ ਹਿੱਸਾ ਜਿਹੜਾ ਅਸੀਂ ਬਣ ਰਹੇ ਹਾਂ, ਅਸੀਂ ਬਹੁਤ ਭਾਗਾਂ ਵਾਲੇ ਸਾਂਝ ਵੀ ਅਸੀਂ ਇਹਨਾਂ ਵਿਛੜੇ ਹੋਏ ਭਰਾਵਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਸਕੇ। ਇਸ ਪਲ ਨੂੰ ਅਸੀਂ ਇਹਨਾਂ ਦੇ ਨਾਲ ਜੀ ਸਕੇ, ਇਸ ਸਮੇਂ ਨੂੰ ਅਸੀਂ ਇਹਨਾਂ ਦੇ ਨਾਲ ਮਾਣ ਸਕੇ ਵੀ ਅੱਜ 40-42 ਸਾਲਾਂ ਬਾਅਦ ਇੱਕ ਭਰਾ ਆਪਦੇ ਭਰਾ ਨੂੰ ਜੱਫੀ ਪਾ ਰਿਹਾ। ਇੱਕ ਭਰਾ ਤੋਂ ਆਪਣਾ ਭਰਾ ਪਛਾਣ ਵੀ ਨਹੀਂ ਹੋਇਆ, ਉਹਨੂੰ ਐਂ ਲੱਗਿਆ ਜਿਵੇਂ ਮੇਰਾ ਭਾਣਜਾ ਹੁੰਦਾ ਵਾ। ਕਿਉਂਕਿ ਜ਼ਿੰਦਗੀ ਦੀਆਂ ਠੋਕਰਾਂ, ਜ਼ਿੰਦਗੀ ਦੀਆਂ ਧੱਕੇ ਧੁੰਦਲਾ ਕਰ ਦਿੰਦੇ ਆ, ਸਾਰਾ ਕੁਛ ਧੁੰਦਲਾ ਕਰ ਦਿੰਦੇ। ਬਾਪੂ ਜੋਗਰਾਜ ਦੀ ਜ਼ਿੰਦਗੀ ਬਾਰੇ ਵੀ ਕਿਸੇ ਦਿਨ ਤੁਹਾਡੇ ਨਾਲ ਕਰਾਂਗੇ ਗੱਲਾਂ। ਬਾਪੂ ਨੇ ਬੜੇ ਰੰਗ ਦੇਖੇ ਦੁਨੀਆ, ਜਿਵੇਂ ਉਹਦੇ ਭਰਾ ਨੇ ਦੱਸਿਆ ਵੀ ਚੋਟੀ ਦਾ ਡੀਜ਼ਲ ਮਕੈਨਿਕ ਆ ਅਤੇ ਚੋਟੀ ਦਾ ਡਰਾਈਵਰ ਆ, ਚੋਟੀ ਦਾ ਬਾਬਾ ਵੀ ਆ ਅਤੇ ਚੋਟੀ ਦਾ ਇੱਕ ਚੰਗਾ ਇਨਸਾਨ ਵੀ ਆ। ਚੋਟੀ ਦਾ ਸਾਡੇ ਇੱਥੇ ਹੁਣ ਪ੍ਰੈਸ ਕਰਨ ਵਾਲਾ ਵੀ ਆ ਬਾਬਾ, ਅਤੇ ਵਾਹਿਗੁਰੂ ਕਿਰਪਾ ਕਰੇ ਇਹ ਚੋਟੀ ਦੇ ਬਾਪੂਆਂ ਦੇ ਵਿੱਚ ਸਾਡੇ ਵਰਗੇ ਬੇਮੂਲੀ ਜਿਹੇ ਬੰਦੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ। ਅਸੀਂ ਭਾਗਾਂ ਵਾਲੇ ਸਮਝਦੇ ਹਾਂ ਵੀ ਅਸੀਂ ਇਹਨਾਂ ਬਾਪੂ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਦੇ ਹਿੱਸਾ ਬਣ ਸਕੇ। ਇਹਨਾਂ ਦੇ ਆਸ਼ੀਰਵਾਦ ਸਾਨੂੰ ਇਸੇ ਤਰ੍ਹਾਂ ਮਿਲਦੇ ਰਹੇ, ਇਹਨਾਂ ਦੀ ਸੇਵਾ ਅਸੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।